ਜੀ ਵੈਲਕਮ ਆ ਜੀ, ਫਿਰ ਤੁਹਾਡਾ ਇੱਕ ਨਵੇਂ ਵਲੋਗ 'ਚ ਅਸੀਂ ਪਹੁੰਚ ਗਏ ਹਾਂ ਅਟਲ ਟਨਲ ਮਨਾਲੀ ਤੋਂ ਅੱਗੇ। ਚੈੱਕ ਕਰ ਸਕਦੇ ਹੋ ਤੁਸੀਂ ਲੋਕੇਸ਼ਨ, ਬਹੁਤ ਹੀ ਸੋਹਣੀ ਲੋਕੇਸ਼ਨ ਆ, ਜੰਨਤ ਆ ਜੀ ਪੂਰੀ। ਇਹ ਮਨਾਲੀ ਤੋਂ ਅੱਗੇ ਆ ਥੋੜ੍ਹਾ ਜਿਹਾ, ਚੈੱਕ ਕਰੋ ਬਸ ਤੁਸੀਂ। ਹਵਾ ਬਹੁਤ ਤੇਜ਼ ਵਗਦੀ ਇੱਥੇ, ਠੰਡ ਪੂਰੀ ਆ, ਹੱਥ ਐਂ ਪੂਰੇ ਡਰਾਈ ਹੋਈ ਜਾਂਦੇ ਆ, ਹੱਥ ਵੀ ਫੇਸ ਵੀ। ਉਹ ਪੁਲ ਦੇ ਅਗਲੇ ਪਾਸੇ ਆਪਣੇ ਬੰਦੇ ਆ ਥੋੜ੍ਹੇ, ਤਿੰਨ ਕੁਛ ਸ਼ੂਟ ਕਰਦੇ ਪਏ ਆ। ਕਹਿੰਦਾ ਵੀ ਜੰਨਤ ਆ ਜੰਨਤ, ਚੈੱਕ ਕਰੋ ਬਸ। ਆਏ ਹਾਏ ਨਜ਼ਾਰੇ ਨਜ਼ਾਰੇ ਬਾਬੇ ਨਜ਼ਾਰੇ ਨਜ਼ਾਰੇ ਅੰਮ੍ਰਿਤ ਨਜ਼ਾਰੇ। ਗੱਡੀਆਂ ਇੱਧਰ ਚੱਲਦੀਆਂ ਜਿਪਸੀਆਂ ਜਾਂ ਬਲੈਰੋ ਚੱਲਦੀਆਂ ਜਾਂ ਚੱਲਦੀਆਂ ਵਾ ਇੱਧਰ ਮਹਿੰਦਰਾ, ਹੋਰ ਕੋਈ ਗੱਡੀ ਨਹੀਂ ਚੱਲਦੀ। ਆਹ ਬੰਦੇ ਸ਼ੂਟ ਕਰਦੇ ਆਪਣੇ ਭਾਜੀ ਜੀ। ਐਕਟੀਵਿਟੀਜ਼ ਬਹੁਤ ਆ ਥੱਲੇ, ਆ ਬੰਦਾ ਅਟਲ ਲੰਘਾ ਗਿਆ ਇੱਕ। ਪਹਾੜੀ ਵੀ ਨਜ਼ਾਰੇ ਪੂਰੇ ਫੁੱਲ ਆ ਦੇ, ਪੂਰਾ ਮਜ਼ਾ ਆਉਣ ਡਿਆ ਫੁੱਲ। ਮੈਂ ਕਹਿੰਦਾ ਵੀ ਤੁਸੀਂ ਵੀ ਆਓ ਸਾਰੇ ਵੀਰ ਭਰਾ ਦੇ, ਨਜ਼ਾਰੇ ਲਓ, ਜ਼ਿੰਦਗੀ ਨਜ਼ਾਰੇ ਲੈਣੇ ਚਾਹੀਦੇ ਆ। ਬਾਕੀ ਟੈਂਸ਼ਨਾਂ ਟੁਸ਼ਨਾਂ ਚੱਲਦੀਆਂ ਰਹਿੰਦੀਆਂ ਵਾ, ਕੁੜੀਆਂ ਕਾੜੀਆਂ ਸੈੱਟ ਹੁੰਦੀਆਂ ਰਹਿੰਦੀਆਂ ਰਹਿੰਦੀਆਂ। ਵੀ ਸੂਰਜ ਡੁੱਬ ਗਿਆ ਤੇ ਬੰਦੇ ਹੁਣ ਸਾਡੇ ਕਹਿਣ ਡੇ ਆ ਵੀ ਫੋਟੋਆਂ ਨੀ ਘੈਂਟ ਆਉਂਦੀਆਂ, ਆਪਾਂ ਕਰਾ ਲਿਆ ਫੋਟੋ ਸ਼ੂਟ, ਸ਼ੂਟ ਕਰਾ ਲਿਆ ਵਾ। ਮਾੜੀ ਜੈਕਟ ਲਵਾਈ ਸੀ ਤੇ ਠੰਡ ਐ ਲੱਗੀ ਹੱਡੀਆਂ। ਰਸਤਾ ਵੇਖੋ ਛੋਟਾ ਜਿਹਾ ਵੀ, ਗੱਡੀਆਂ ਇੱਧਰ 4x4 ਹੀ ਚੱਲਦੀਆਂ ਵੇਖੋ, ਤਿੰਨੇ ਥਾਰਾਂ ਆਉਂਦੀਆਂ ਲੈਂਸਰ ਲਗਾਤਾਰ। ਠੰਡ ਬਹੁਤ ਹੀ ਜ਼ਿਆਦਾ ਵਾ, ਹੱਥ ਅੱਖ ਕਾਲੇ ਹੋ ਗਏ ਆ ਠੰਡ ਨਾਲ। ਥੋੜੀ ਜੀ ਮੈਂ ਤੁਹਾਨੂੰ ਜਿਹਨੂੰ ਕਹਿੰਦੇ ਨਾ ਜੰਨਤ, ਜਿਹਨੂੰ ਕਹਿੰਦੇ ਆ ਲੇਹ ਲਦਾਖ।
ਇਹ ਤੋਂ ਜ਼ਿਆਦੀ ਉਹ ਵੀ ਸਾਡੀ ਰੀਚ ਵਾ, ਰੱਬ ਪੂਰੀ ਕਰੂਗਾ ਤੇ ਜ਼ਰੂਰ ਜਾਵਾਂਗੇ ਹਨਾ। ਜਿਨ੍ਹਾਂ ਦੀਆਂ ਸਹੇਲੀਆਂ ਹੈਗੀਆਂ ਉਹ ਤੇ ਸਾਡੀਆਂ ਸਹੇਲੀਆਂ ਨਹੀਂ ਹੈਗੀਆਂ ਤੇ ਅਸੀਂ ਨਹੀਂ ਆਏ, ਕੱਲੇ ਆਏ ਅਸੀਂ। ਅੰਮ੍ਰਿਤ ਸਕਿਨ ਪੂਰੀ ਡਰਾਈ ਹੋ ਗਈ ਹੈ, ਤੇਰੇ ਕਾਲੇ ਜਿਹੇ ਹੋਈ ਜਾਂਦੇ ਬੋਲ ਹਨਾ। ਨਜ਼ਾਰੇ ਪੂਰੇ ਤੇ ਮੈਂ ਬਰਫ਼ ਨਾਲ ਦੀ ਰੀਸ ਨੀ ਹੈਗੀ ਅੰਮ੍ਰਿਤ ਕਿਤੇ ਹਨਾ, ਹੁਣ ਇਹਤੋਂ ਗਾੜੀ ਅੰਮ੍ਰਿਤ ਕੀ ਸੋਚਿਆ ਵੀ ਆਕਸੀਜਨ ਵੀ ਘੱਟ ਸਾਨੂੰ ਸਾਰੇ। ਹਾਂ ਸੱਚ, ਆਕਸੀਜਨ ਮੇਨ ਚੀਜ਼ ਤੁਹਾਨੂੰ ਅਸੀਂ ਦੱਸਦੇ ਹਾਂ ਵੀ ਮਤਲਬ ਇੱਥੇ ਆਕਸੀਜਨ ਬਹੁਤ ਘੱਟ ਵਾ, ਮਤਲਬ ਆਕਸੀਜਨ ਦੀ ਬਹੁਤ ਪ੍ਰੋਬਲਮ ਆਉਂਦੀ ਆ। ਮਾੜਾ ਜਿਹਾ ਵੀ ਚੱਲਦੇ ਹਾਂ ਤੇ ਬੋਲਦੇ ਵੀ ਹਾਂ ਤੇ ਸਾਹ ਜ਼ਿਆਦਾ ਚੜ੍ਹਦਾ ਵਾ, ਬੋਲਿਆ ਨਹੀਂ ਜਾਂਦਾ, ਸਿਰ ਨੂੰ ਵੀ ਥੋੜ੍ਹਾ ਜਿਹਾ ਹੁੰਦਾ ਉਸ ਤਰ੍ਹਾਂ ਹਨਾ, ਹੈਵੀ ਹੋਇਆ ਪਿਆ ਵਾ, ਆਕਸੀਜਨ ਦੀ ਥੋੜ੍ਹੀ ਜਿਹੀ ਪ੍ਰੋਬਲਮ ਆ ਇੱਥੇ। ਹਾਂਜੀ, ਵੱਡਾ ਫੋਨ ਆਹ ਵੇਖ ਲਓ, ਆਹ ਵੀਰ ਕੋ 15 ਪ੍ਰੋ ਆਪਣੇ ਕੋਲ, ਆਹ ਜਿਹੜਾ ਮੇਰੇ ਨਾਲ ਆ ਤੇ ਇਹ ਫੋਟੋਆਂ ਖਿੱਚਣ ਦੇ ਆ ਇਹਦੇ ਫੋਨ ਨਾਲ, ਤੇ ਇਹ ਉਦਾਂ ਹੀ ਖੋਤਾ ਵਾ। ਆਹ ਦੇਖੋ, ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਵਿਖਾਇਆ ਸੀ ਕਿ ਗੱਡੀਆਂ ਜਿਹੜੀਆਂ ਸਾਰੀਆਂ ਇੱਧਰ 4x4 ਹੀ ਜਿਪਸੀਆਂ ਬਲੈਰੋ ਹੀ ਚੱਲਦੀਆਂ ਵਾ,